तरन तारण जिला के अधीन पैंते कस्बा पट्टी तो एक औरत नू 1500 नशीलियां गोलियां सने अते होर भी भारी मात्रा विच नशे की वरतों करन वाला समान समेत गिरफ्तार किया है। इस संबंधी जानकारी देंदे हुए थाना सिटी पट्टी के SHO लखबीर सिंह ने दसिया कि उन्होंने SI अमनदीप कौर जो कि गश्त के संबंध में शहीद भगत सिंह स्कूल के कोल मौजूद की मुख खबर ने इतला दी। कमलेश राणी लेट विजय कुमार वासी वार्ड नंबर 1 पट्टी जो कि अपने घर विच करियाने की दुकान करती है ते दुकान की आड़ विच नशे दियां गोलियां वेचती है। जे हुणे रेड कीती जावे तां उसकी दुकान विच नशा बरामद हो सकता है। उन्होंने कहा कि मुख खबर की इतला ते कमलेश राणी की दुकान ते रेड करन ते उन्हां दी दुकान विचों मौके तो 1500 नशीलियां गोलियां 9050 रुपए भारतीय करंसी अते 21 पुराने मोबाइल फोन वख-वख कंपनियां अते 500 पैकेट सिरिंज अते कई होर नशे विच वरत्या जाण वाला समान बरामद किया गया है। उन्होंने कहा कि उक्त औरत ते मामला दर्ज करके अगरेली कार्रवाई शुरू कर दिती है। ਇਹ ਮਾਮਲਾ ਹੈ ਜੀ ਮਾਨਯੋਗ SSP ਸਾਹਿਬ ਸ੍ਰੀ ਧਰਮਲ ਐਚਨ ਵਾਲੇ IPS ਦੇ ਦਿਸ਼ਾ ਨਿਰਦੇਸ਼ ਹੇਠ DSP ਸਰ ਕੁਲਜਿੰਦਰ ਸਿੰਘ ਸਬ ਡਿਵੀਜ਼ਨ ਪੱਟੀ ਦੀ ਅਗਵਾਈ ਹੇਠ ਅਸੀਂ ਕੱਲ੍ਹ ਲੇਡੀ SI ਅਮਨਦੀਪ ਕੌਰ ਅਤੇ ਸਮੀਰ ਪੁਲਿਸ ਪਾਰਟੀ ਗਸ਼ਤ ਦੇ ਸੰਬੰਧ ਵਿੱਚ ਪੱਟੀ ਸ਼ਹਿਰ ਦੇ ਵਿੱਚ ਮੌਜੂਦ ਸੀ ਕਿ ਇਹਨਾਂ ਨੂੰ ਜਦੋਂ ਇਹ ਸ਼ਹੀਦ ਭਗਤ ਸਿੰਘ ਸਕੂਲ ਲੱਗ ਕੇ ਪੁੱਜੇ ਤਾਂ ਇਹਨਾਂ ਨੂੰ ਇਤਲਾਹ ਮਿਲੀ ਕਿ ਇੱਕ ਕਮਲੇਸ਼ ਰਾਣੀ ਹੈ ਪਤਨੀ ਲੇਟ ਵਿਜੇ ਕੁਮਾਰ ਵਾਰਡ ਨੰਬਰ 5 ਇਹਦੀ ਜਿਹੜੀ ਦੁਕਾਨ ਹੈ ਸਿੰਗਲ ਬਸਤੀ ਨੂੰ ਜਾਂਦੇ ਰਸਤੇ ਦਿੱਤੇ ਆ ਜਿਹੜਾ ਕ੍ਰਿਮੀਨਲ ਏਰੀਆ ਉਸ ਇਲਾਕੇ ਦੇ ਵਿੱਚ ਇੱਕ ਦੁਕਾਨ ਹੈ ਜੀ। ਇਹ ਆਪਣੀ ਕਰਿਆਨੇ ਦੀ ਦੁਕਾਨ ਦੀ ਆੜ ਹੇਠ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਹੋਰ ਨਸ਼ੀਲੇ ਜਿਹੜੇ ਪਦਾਰਥ ਵੇਚਣ ਦਾ ਧੰਦਾ ਕਰਦੀ ਹੈ। ਫਿਰ ਉਹਨੇ ਇਸ ਤਲਾਹ 'ਤੇ ਫਿਰ ਅਮਨਦੀਪ ਕੌਰ ਜਿਹੜੇ ਨੇ ਆਪਣੇ ਸਵੇਤ ਸਟਾਫ ਦੀ ਜਿਹੜੀ ਦੁਕਾਨ 'ਤੇ ਜਾ ਕੇ ਰੇਡ ਕੀਤਾ। ਜਿਹੜੀ ਕਮਲੇਸ਼ ਰਾਣੀ ਸੀ ਨਾ ਇਹ ਦੁਕਾਨ ਦੇ ਬਾਹਰ ਹੀ ਇੱਕ ਕਾਲਾ ਵੱਡਾ ਲਫਾਫਾ ਇਹਦੇ ਹੱਥ ਵਿੱਚ ਹੀ ਫੜਿਆ ਸੀ ਅਤੇ ਖੜੀ ਸੀ। ਇਹਨੂੰ ਜਾ ਕੇ ਅਮਨਦੀਪ ਕੌਰ ਨੇ ਨਾਂ ਪਤਾ ਪੁੱਛਿਆ ਨੇ ਆਪਣਾ ਨਾਂ ਦੱਸਿਆ ਵੀ ਮੇਰਾ ਨਾਂ ਆ ਵਾ ਜੀ। ਅਤੇ ਉਹ ਤੋਂ ਬਾਅਦ ਜਿਹੜੇ ਫਿਰ ਲਿਫਾਫਾ ਜਿਹੜਾ ਹੱਥ 'ਚ ਫੜਿਆ ਉਹਨੂੰ ਚੈੱਕ ਕਰਨਾ ਵੀ ਇਹਦੇ ਵਿੱਚ ਤੇਰੇ ਕੋਲ ਸਮਾਨ ਹੈ। ਉਹਨੇ ਇਹਨੇ ਕਿਹਾ ਵੀ ਮੈਂ ਜਿਹੜੀ ਆਪਣੀ ਤਲਾਸ਼ੀ ਕਿਸੇ ਗਾਈਡ ਅਫਸਰ ਦੀ ਜਿਹੜੀ ਹਾਜ਼ਰੀ 'ਚ ਕਰਾਉਣੀ ਹੈ ਜੀ। ਇਸ ਤੋਂ ਬਾਅਦ ਸ੍ਰੀ ਕੁਲਜਿੰਦਰ ਸਿੰਘ DSP ਸਬ ਡਿਵੀਜ਼ਨ ਪੱਟੀ ਨੂੰ ਮੌਕੇ 'ਤੇ ਬੁਲਾਇਆ ਜੀ। ਉਹਨਾਂ ਦੇ ਜਾ ਕੇ ਉਹਨਾਂ ਦੱਸਿਆ ਵੀ ਮੈਂ DSP ਪੱਟੀ ਲੱਗਾ ਆਪਣੀ ਪਹਿਚਾਣ ਕਰਵਾਈ ਹੈ ਜੀ। ਫਿਰ ਇਹਦੇ ਹੱਥ 'ਚ ਫੜਿਆ ਲਿਫਾਫਾ ਚੈੱਕ ਕੀਤਾ ਲਿਫਾਫੇ ਦੇ ਵਿੱਚੋਂ ਕਰੀਬ 1500 ਇੰਟੋਕਸੀਕੈਂਟ ਟੇਬਲੇਟ ਜਿਹੜੀਆਂ ਜੀ ਵੱਖ ਦੋ ਤਰ੍ਹਾਂ ਦੇ ਬਰਾਮਦ ਹੋਈਆਂ ਜੀ। ਖੁੱਲੀਆਂ ਗੋਲੀਆਂ ਸੀ ਉਹਦੇ ਵਿੱਚ 9050 ਰੁਪਏ ਡਰੱਗ ਮਨੀ ਬਰਾਮਦ ਹੋਈ। ਇਸ ਤੋਂ ਬਾਅਦ 'ਚ ਬਰਾਮਦ ਹੋਣ ਤੋਂ ਬਾਅਦ ਫਿਰ ਇਹਦੀ ਦੁਕਾਨ ਦੀ ਸਰਚ ਕੀਤੀ ਹੈ। ਦੁਕਾਨ ਦੇ ਅੰਦਰੋਂ ਇੱਕ ਲੱਕੜ ਦਾ ਬਾਕਸ ਪਿਆ ਸੀ ਉਹਦੇ ਵਿੱਚੋਂ 21 ਮੋਬਾਈਲ ਵੱਖ ਵੱਖ ਮਾਰਕਾਂ ਹਾਂਜੀ ਅਤੇ ਦੋ ਘੜੀਆਂ ਜੀ ਇੱਕ ਕੈਮਰਾ 490 ਜਿਹੜੇ ਆ ਇਹ ਸਰਿੰਜਾਂ ਮਿਲ ਗਈਆਂ 490 19 ਲੀਟਰ 48 ਡਿਸਟਿਲਡ ਵਾਟਰ ਦਾ ਛੋਟੇ ਛੋਟੇ ਜਿਹੜਾ ਛੋਟੇ ਪਾਣੀ ਦੀਆਂ ਬੋਤਲਾਂ ਹੁੰਦੀਆਂ ਜਦੋਂ ਕੋਈ ਇਹ ਟੀਕਾ ਵਗੈਰਾ ਲਾਉਂਦੇ ਉਹ ਪਾਣੀ ਉਹ ਪਾਉਂਦੇ ਵਰਤਦੇ ਆ ਜੀ। ਇਹ ਚੀਜ਼ਾਂ ਬਰਾਮਦ ਹੋਈਆਂ। ਇਹਨੂੰ ਪੁੱਛਿਆ ਵੀ ਇਹ ਮੋਬਾਈਲ ਇਹ ਕਾਹਦੇ? ਕਹਿੰਦੀ ਵੀ ਜਦੋਂ ਸਾਡੇ ਕੋਲ ਲੋਕ ਕੋਈ ਨਸ਼ੇ ਵਾਲੇ ਜਿਹੜੇ ਸਾਡੇ ਕੋਲ ਨਸ਼ਾ ਲੈਣ ਆਉਂਦੇ ਕਈਆਂ ਦੇ ਕੋਲ ਪੈਸੇ ਨਹੀਂ ਹੁੰਦੇ ਉਹ ਸਾਨੂੰ ਕਿਸੇ ਦਾ ਮੋਬਾਈਲ ਦੇ ਜਾਂਦੇ ਆ। ਮੈਂ ਜਿਹੜੇ ਜਿੱਡਾ ਮਰਜ਼ੀ ਮਹਿੰਗਾ ਫੋਨ ਹੋਏ ਮੈਂ ਤੁਹਾਡੇ 100-200 ਰੁਪਏ ਦੇ ਵਿੱਚ ਰੱਖ ਲੈਂਦੀ ਜੀ। ਜਿਹੜੀਆਂ ਘੜੀਆਂ ਉਹ ਵੀ ਨੇ ਇਸੇ ਤਰ੍ਹਾਂ 100-50 ਰੁਪਏ ਦੇ ਵਿੱਚ ਲਈਆਂ ਜੀ। ਕੈਮਰਾ ਵੀ ਇਸੇ ਤਰ੍ਹਾਂ ਲਿਆ ਨੇ ਅਤੇ ਉਹ ਜਿਹੜੇ ਕੈਮਰੇ ਵੱਖ ਵੱਖ ਜਿਹੜੇ ਅਸੀਂ ਬਰਾਮਦ ਕੀਤੇ ਆ ਜੀ ਉਹਨਾਂ ਅਸੀਂ ਜਿਹੜੇ ਕਹੇ ਹੁੰਦੇ ਸਾਡੇ ਕੋਲ ਮੋਬਾਈਲ ਬਰਾਮਦ ਹੋਏ ਅਸੀਂ ਉਹਨਾਂ ਦੀ ਮਾਲਕੀ ਬਾਰੇ ਵੀ ਤਸਦੀਕ ਕਰ ਰਹੇ ਹਾਂ ਜੀ। ਉਸ ਤੋਂ ਬਾਅਦ ਫਿਰ ਇਹਦੇ ਖਿਲਾਫ਼ ਮੁਕੱਦਮਾ 103 2285 ਦਰਜ ਕਰਤਾ ਜੀ। ਅਰੈਸਟ ਪਾਈ ਅੱਜ ਅਸੀਂ ਇਹਨੂੰ ਕੋਰਟ 'ਚ ਪੇਸ਼ ਕਰਨ ਲੱਗੇ ਜੀ। ਕੋਰਟ 'ਚ ਪੇਸ਼ ਕਰਕੇ ਧਰਮਾਂਡ ਹਾਸਲ ਕਰਾਂਗੇ। ਫਿਰ ਇਹ ਪਤਾ ਕਰਾਂਗੇ ਕਿ ਇਹ ਜਿਹੜੀਆਂ ਨਸ਼ੀਲੀਆਂ ਗੋਲੀਆਂ ਇੱਕ ਬਜ਼ੁਰਗ ਜਾਂ ਮਾਤਾ ਇਹ ਆਪ ਲੈ ਕੇ ਆਉਂਦੀ ਹੈ ਕਿ ਜਾਂ ਇਹਨੂੰ ਕੋਈ ਦੇ ਕੇ ਜਾਂਦਾ। ਇਸ ਤੋਂ ਬਾਅਦ ਜਿਹੜੀ ਸਾਡੀ ਤਫਤੀਸ਼ ਜਾਰੀ ਹੈ ਜੀ। ਇਹ ਸਾਨੂੰ ਪਤਾ ਲੱਗਾ ਕਿ ਪਹਿਲੋਂ ਇਹਦਾ ਜਿਹੜਾ ਘਰ ਵਾਲਾ ਵਿਜੇ ਕੁਮਾਰ ਪਹਿਲੋਂ ਉਹ ਕਰਦਾ ਹੁੰਦਾ ਸੀ। ਇੱਕ ਮਹੀਨਾ ਪਹਿਲੋਂ ਉਹਦੀ ਮੌਤ ਹੋ ਗਈ ਹੈ ਜੀ ਅਤੇ ਉਹ ਮਰਨ ਤੋਂ ਬਾਅਦ ਹੁਣ ਇਹ ਮਾਤਾ ਨੇ ਉਹ ਜਿਹੜੇ ਗਾਹਕ ਲੱਗੇ ਸੀ ਉਹਨਾਂ ਦੇ ਕੋਲ ਇਹ ਇਹਨੇ ਸ਼ੁਰੂ ਕਰਤਾ ਜੀ ਧੰਦਾ ਉਹਨੇ ਨੂੰ।